ਓ ਲੈ ਪੁੱਤ ਤੂੰ ਖੇਡ ਉਰੇ, ਅਸੀਂ ਤਾਂ ਜਾਂਦੇ ਆ ਹੁਣ ਧਰਨੇ ਤੇ, ਖੇਡੀ ਚੰਗਾ ਉਰੀ ਜਾ, ਭੱਜ ਜਾ ਅੰਦਰ ਵਗ ਜਾ। ਹਾਂ ਹਾਂ ਅੰਦਰ ਵਗ ਜਾ। ਓ ਲੈ ਬਈ ਟੈਂਕੀ ਫੁੱਲ ਹੈ, ਹੁਣ ਖਿੱਚ ਦਿੰਦੇ ਆ, ਕੇਰਾਂ ਪਵਾ ਲਾਂਗੇ ਰਾਹ ਚੋਂ ਸਿੱਧਾ ਦਿੱਲੀ। ਵਾਹਿਗੁਰੂ ਸਵੇਰੇ ਸਭ ਮੂਤ ਗਏ ਯਾਰ, ਕੋਈ ਕਹਿੰਦਾ ਕੁਛ ਕਰਨਾ, ਕੋਈ ਕਹਿੰਦਾ ਕੁਛ ਕਰਨਾ। ਉਹ ਹੈ ਬਾਈ, ਉਹ ਰਾਤ ਤਾਂ ਤੂੰ ਮੈਨੂੰ ਇੰਨੇ ਬੰਦੇ ਗਣਾ ਤੀ ਵੀ ਆਹ ਵੀ ਜਾਊਗਾ ਆਹ ਵੀ ਜਾਊਗਾ। ਉਹ ਸਵੇਰੇ ਕੋਈ ਨੀ ਟੱਕਰਿਆ ਮੈਨੂੰ ਤਾਂ, ਸਭ ਲੋਕ ਗਏ ਇਧਰੋਂ। ਤੁਸੀਂ ਬੇਲਣ ਜਿਹੜਾ ਧਰਨੇ ਦੇ ਫਿਰੀ ਜਾਂਦੇ ਹੋ, ਲੋਕਾਂ ਨੂੰ ਤਾਂ ਕੰਮ ਨੇ ਜੇ ਤੁਸੀਂ ਵਿਹਲੇ ਹੋ। ਆ ਦੇਖ ਲਾ ਬਾਈ ਟਿਫਨ, ਫੇਰ ਤੈਨੂੰ ਯਾਦ ਆਊਗੀ ਵੀ ਖੇਤੀ ਵਧੀਆ ਸੀ। ਓਹੀ ਤੁਸੀਂ ਅਨਪੜ੍ਹ, ਐਜੂਕੇਸ਼ਨ ਨੀ ਮਿਲੀ ਤੁਹਾਨੂੰ, ਤਾਂ ਹੀ ਤਾਂ ਤੁਸੀਂ ਧਰਨੇ ਦੇ ਫਿਰੀ ਜਾਂਦੇ ਹੋ। ਉਹ ਕੋਈ ਨਾ ਬਾਈ ਕੋਈ ਨਾ, ਇਹ ਆਪਾਂ ਨੂੰ ਅਨਪੜ੍ਹ ਕਹਿੰਦੇ ਨੇ, ਨਾਲੇ ਸਭ ਤੋਂ ਵੱਡੇ ਗੁਲਾਮ ਇਹੀ ਨੇ ਪੜ੍ਹੇ ਲਿਖੇ। ਹਾਂ ਜਦ ਇਹਨਾਂ ਨੇ 11-12 ਹਜ਼ਾਰ ਦੀ ਨੌਕਰੀ ਤੇ ਕੰਮ ਕਰਨਾ ਨਾ, ਫੇਰ ਪਤਾ ਲੱਗੂ ਬੜੇ ਪੜ੍ਹਿਆ ਲਿਖਿਆ ਨੂੰ ਇਹਨਾਂ ਨੂੰ। ਮਹਾਰਾਜ ਢੋਲ ਚੋਂ ਦਾਣੇ ਵੀ ਨੀ ਪੈਣੇ, ਸੋ ਤੇ ਢੋਲ ਚ ਦਾਣੇ ਵੀ, ਜੇ ਥੋਤੋਂ ਖੇਤੀ ਖੋਲੀ ਸੌਦਾ ਤਾਂ ਸੌਦਾ। ਉਹ ਮੱਝਾਂ ਰੱਖਣੀਆਂ ਇਹ ਛੱਡ ਗਏ, ਖੇਤੀ ਦਾ ਕੰਮ ਕਰਨਾ ਇਹ ਛੱਡ ਗਏ, ਇਹ ਕਮਾ ਕੇ ਖਾ ਕੀ ਲੈਣਗੇ। ਆਹ ਦੇਖ ਲੈ ਜੱਟ ਦੇ ਘਰੇ 10 ਲਵੇਰੀਆਂ ਖੜੀਆਂ ਨੇ, ਐਂ ਜਾਂਦਾ ਡੈਰੀ ਦੁੱਧ, ਆਥਣ ਨੂੰ ਰੁਪਈਏ ਫੜ ਲੈਂਦੇ ਨੇ। ਇਹਨਾਂ ਨੂੰ ਤਾਂ ਐਂ ਆ ਵੀ ਪੈਕਟ ਵਾਲਾ ਦੁੱਧ ਲੈ ਕੇ ਆਪਾਂ ਪੀ ਕੇ ਬਸ ਤਕੜੇ ਹੋ ਜਾਵਾਂਗੇ। ਨਹੀਂ ਸਮਝ ਲੱਗਦੀ, ਤੁਸੀਂ ਤੀਜੇ ਦਿਨ ਟਰੈਕਟਰ ਗੈਲ ਟਰਾਲੀ ਪਾ ਕੇ ਤੁਰ ਪੈਂਦੇ ਹੋ, ਕਦੇ ਇੱਥੇ ਨਾਭੇ ਕਦੇ ਪਟਿਆਲੇ, ਹੁਣ ਦਿੱਲੀ ਨੂੰ ਮੂੰਹ ਚੱਕ ਲਿਆ, ਕਰਨ ਕੀ ਚੱਲੇ ਹੋ, ਕਾਹਦੇ ਵਾਸਤੇ ਧਰਨਾ ਲਾਉਣ ਚੱਲੇ ਹੋ? ਓਏ ਆਪਣੇ ਹੱਕ ਲੈਣ ਚੱਲਿਆ ਸੀ, ਤੁਹਾਨੂੰ ਇਹੀ ਚੀਜ਼ਾਂ ਦਾ ਪਤਾ ਨਹੀਂ ਹੈਗਾ। ਇਹ ਕੱਲੀਆਂ ਫਸਲਾਂ ਦੀ ਲੜਾਈ ਨਹੀਂ, ਨਸਲਾਂ ਦੀ ਲੜਾਈ ਹੈ। ਤੁਹਾਡੀ ਨਸਲ ਤਾਂ ਦੀਦੀ ਹੋ ਹੈ, ਕਹੀ ਜੀ ਹੈ, ਸਾਲੇ ਉਹ ਰੋਡੇ ਭੋਡਿਓ, ਉਹ ਇਹਦਾ ਸਤਿਕਾਰ ਕਰ ਲਓ, ਆਪਣੇ ਗੁਰੂਆਂ ਨੇ ਜਾਨਾਂ ਦੇਤੀਆਂ ਇਹਦੇ ਪਿੱਛੇ, ਤੁਸੀਂ ਆ ਸ਼ਕਲਾਂ ਦੇਖ ਲਓ ਕੰਜਾਂ ਜੀਆਂ ਬਣਾਈਆਂ ਨੇ। ਇਹਨਾਂ ਨੂੰ ਸਾਲਿਆਂ ਨੂੰ ਕੀ ਪਤਾ ਹੈ, ਪੜ੍ਹ ਕੇ ਅੰਗਰੇਜ਼ੀ ਦੇ 4 ਅੱਖਰ ਨਾ ਕੋਈ ਕੈਨੇਡਾ ਨੂੰ ਲੰਘਿਆ, ਕੋਈ ਆਸਟ੍ਰੇਲੀਆ ਨੂੰ ਲੰਘਿਆ। ਜੇ ਇਹ ਗੱਲ ਆ ਫਿਰ ਲੋਕ ਤੁਹਾਡੇ ਨਾਲ ਕਿਉਂ ਨਹੀਂ ਤੁਰਦੇ ਹੈਗੇ? ਤੁਸੀਂ ਤਾਂ ਦੋ ਨਾਲ, ਤੁਹਾਡੇ ਕੋਈ ਜਾਂਦਾ ਨਹੀਂ ਹੈਗਾ, 1500 ਵੋਟ ਆ ਪਿੰਡ 'ਚ, ਤੁਸੀਂ ਦੋਵੇਂ ਹੋ ਜਿਹਨਾਂ ਨੇ ਹੱਕ ਲੈਣੇ ਨੇ। ਉਹ ਸਰਕਾਰ ਨੇ ਤੇਰੇ ਵਰਗਿਆਂ ਦੀ ਬੁੱਧੀ ਭ੍ਰਿਸ਼ਟ ਕਰਤੀ, ਆ ਕਾਇਦੇ ਪੜ੍ਹਾ ਕੇ, ਕਾਇਦੇ ਵੀ ਤੁਹਾਨੂੰ ਉਹ ਪੜ੍ਹਾਏ ਨੇ ਜਿਨ੍ਹਾਂ 'ਚ ਸਾਫ਼ ਸਾਫ਼ ਲੈ ਕੇ ਆ ਵੀ ਵਿਰੋਧ ਨਾ ਕਰੋ। ਵਿਰੋਧ ਤੁਸੀਂ ਕਿੱਥੋਂ ਕਰ ਲਓਗੇ, ਜ਼ਮੀਰਾਂ ਤਾਂ ਤੁਹਾਡੀਆਂ ਮਰੀਆਂ ਹੋਈਆਂ ਨੇ। ਚੱਲ ਬਾਈ ਬੈਠ ਚੱਲੀਏ, ਚੱਲ ਤੂੰ ਹੱਕ ਇਹਦਾ ਮਗਜ਼ ਮਾਰੀ ਜਾਊ, ਖਾ ਕੇ ਆ ਜਾਂਦੇ ਹੋ ਤੁਸੀਂ, ਹੋਰ ਕੀ ਆ? ਕੋਈ ਨਾ ਕੋਈ ਨਾ, ਡਾਂਗਾਂ ਵੀ ਜਿਗਰੇ ਵਾਲਾ ਹੀ ਖਾਊਗਾ, ਜਿਹਦੀ ਜ਼ਮੀਰ ਜਾਗਦੀ ਹੋਊ ਉਹੀ ਜਾਊਗਾ, ਪੈਂਦੀਆਂ 'ਚ ਤਾਂ ਫਿਰ ਆਹੀ ਖੜਨਗੇ। ਚੱਲ ਕੋਈ ਨਾ ਖਾਇਓ, ਗੁਰੂ ਦਾ ਖਾਲਸਾ ਹੀ ਜੂਜੂਗਾ ਉੱਥੇ। ਜੇ ਉੱਥੇ ਅਥਰੂ ਕਹੇ ਤਾਂ ਗੋਲਾ ਸਿੱਟਤਾ ਇਹਦੇ ਤੇ, ਉੱਥੇ ਸਾਂਝਾ ਗੁੱਟ ਕਰਕੇ ਮਰ ਜੂਗਾ। ਉਹ ਬੜੇ ਡਾਂਗਾ ਖਾਂਦੇ ਫਿਰੀ ਜਾਂਦੇ ਨੇ ਵੀ ਦੱਸ ਤੁਸੀਂ ਕਿਉਂ ਠੰਡ 'ਚ ਹੱਡ ਤਲਾਉਂਦੇ ਹੋ। ਨਾਲੇ ਸਰਕਾਰ ਨੇ ਐਤਕੀ ਤਾਂ ਇਹੋ ਜਿਹੇ ਪ੍ਰਬੰਧ ਕਰੇ ਪਏ ਨੇ, ਲੈਂਟਰ ਲਾ ਤੇ ਬਾਰਡਰ ਬਣਾ ਤਾ ਹਰਿਆਣੇ ਵਾਲੀ ਬਾਰਡਰ ਦਾ। ਉਹ ਸਰਕਾਰ ਵੀ ਬੜਾ ਡਰਦੀ ਆ ਬੁੜਿਆਂ ਜਾਂ ਤੋਂ,
ਵੀ ਅੱਤਵਾਦੀ ਆ ਰਹੇ ਨੇ ਉੱਥੇ, ਚੈਨ ਵਾਲੇ ਬਾਰਡਰ ਵਾਂਗ ਕੰਧਾਂ ਕਰਤੀਆਂ, ਲੈਂਟਰ ਲਾ ਤੇ, ਇੰਨਾ ਕੁਛ ਲਾ ਰੱਖਿਆ, ਮਿਲਟਰੀ ਫੋਰਸ ਲਾ ਰੱਖੀ ਆ, ਵੀ ਕਿਸਾਨ ਇਹ ਨੇ। ਉਹ ਬਾਈ ਆਹ ਬੰਦਾ ਖੜਾ, ਇਹ ਵੀ ਨੀ ਤਿਆਰ ਹੋਇਆ ਲੈ, ਰੋਕ ਮਾੜਿਆ ਇਹਦੇ ਨਾਲ ਕਰੀਏ ਗੱਲ। ਉਹ ਤੂੰ ਯਾਰ ਤਿਆਰ ਹੀ ਨੀ ਹੋਇਆ, ਕੱਲ ਤੂੰ ਬਾਈ ਨੂੰ ਕਹਿੰਦੀ ਮੈਂ ਤੁਹਾਡੇ ਨਾਲ ਤੜਕੀ ਚੱਲੂ। ਉਹ ਬਾਈ ਗੱਲ ਇਹ ਆ, ਸਾਡੀ ਯੂਨੀਅਨ ਦਾ ਹਾਲੇ ਉੱਪਰੋਂ ਫੋਨ ਨਹੀਂ ਆਇਆ ਹੈਗਾ, ਜਦ ਉੱਪਰੋਂ ਫੋਨ ਆਊ ਮੈਂ ਤਾਂ ਫੇਰ ਜਾਊਂਗਾ। ਉਹ ਯੂਨੀਅਨ ਕਿਹੜੀ ਹੁੰਦੀ ਆ ਬਾਈ, ਆਪਣੀ ਕਿਹੜੀ ਯੂਨੀਅਨ ਐ ਤਾਂ ਦੱਸ ਦੇ। ਉਹ ਨਹੀਂ ਨਹੀਂ ਬਾਈ, ਫਿਰ ਯੂਨੀਅਨ ਵਾਲੇ ਇਤਰਾਜ਼ ਕਰਦੇ ਨੇ, ਤੁਸੀਂ ਤਾਂ ਬਿਨਾਂ ਪਾਣੀ ਤੋਂ ਜੁੱਤੀਆਂ ਖੋਲੀ ਫਿਰੀ ਜਾਂਦੇ ਹੋ ਪਹਿਲਾਂ ਹੀ ਉੱਥੇ। ਉਹ ਅਸੀਂ ਤਾਂ ਜਦ ਕੰਮ ਅੜੂ ਸਾਡੀ ਯੂਨੀਅਨ ਤਾਂ ਫੇਰ ਖੜੂ, ਉੱਥੇ ਜਾ ਕੇ ਇੱਕ ਪਾਸਾ ਕਰਕੇ ਆਵਾਂਗੇ ਬਾਈ ਅਸੀਂ ਤਾਂ ਫਿਰ। ਉਹ ਤੂੰ ਸਾਡੇ ਨਾਲ ਤਾਂ ਪਿੰਡ ਦੇ ਤੌਰ 'ਤੇ ਤੁਰ ਪੈ। ਉਹ ਨਹੀਂ ਨਹੀਂ ਬਾਈ, ਫਿਰ ਤੁਹਾਨੂੰ ਪਤਾ ਹੀ ਆ, ਫਿਰ ਯੂਨੀਅਨ ਵਾਲੇ ਇਤਰਾਜ਼ ਕਰਨਗੇ ਵੀ ਤੂੰ ਸਾਡੇ ਤੋਂ ਬਿਨਾਂ ਪੁੱਛੇ ਵਗ ਗਿਆ, ਮੈਂ ਜਾ ਨਹੀਂ ਸਕਦਾ ਬਾਈ। ਲੈ ਉਹ ਐਡਾ ਕਿੱਡਾ ਕੁ ਮੈਂਬਰ ਹੈ ਤੂੰ ਯੂਨੀਅਨ ਦਾ, ਝੰਡਾ ਤੈਨੂੰ ਉਹ ਮਸਾਂ ਦਿੰਦੇ ਨੇ ਮੰਗਿਆ ਵਾ। ਲੈ ਲੈ ਵਾਹ, ਓਏ ਸ਼ੇਰਾ, ਸਾਡੀ ਯੂਨੀਅਨ ਦਾ ਪ੍ਰਧਾਨ ਹਲੇ ਬਿਮਾਰ ਆ ਬਾਈ, ਉਹਨੂੰ ਠੀਕ ਹੋ ਜਾਣ ਤੇ ਫੇਰ ਜਾਵਾਂਗੇ ਅਸੀਂ। ਉਹ ਤੂੰ ਤਾਂ ਠੀਕ ਆ, ਤੂੰ ਤਾਂ ਵਗ ਚੱਲ। ਲੈ ਪ੍ਰਧਾਨ ਤੋਂ ਬਿਨਾਂ ਮੈਂ ਕਿਵੇਂ ਵਗ ਜਾ ਉੱਥੇ? ਉਹ ਪੰਜਾਬ ਤੋਂ ਯੂਨੀਅਨ ਉੱਤੇ ਹੋ ਗਈ, ਸਾਰਾ ਪੰਜਾਬ ਅੜਿਆ ਖੜਾ, ਉੱਥੇ ਡਾਂਗਾਂ ਪੈਂਦੀਆਂ ਨੇ ਲੋਕਾਂ ਦੇ। ਉਹ ਬਾਈ ਸਾਡੇ ਪ੍ਰਧਾਨ ਤੋਂ ਬਿਨਾਂ ਸਾਡਾ ਮਾਰਗ ਦਰਸ਼ਨ ਨਹੀਂ ਕੋਈ ਕਰ ਸਕਦਾ, ਅਸੀਂ ਤਾਂ ਉਹਦੇ ਨਾਲੇ ਜਾਵਾਂਗੇ। ਤੁਸੀਂ ਜਾਓ, ਫੇਰ ਹੀ ਤੁਰਦੇ ਹੈਗੇ। ਉਹ ਬਾਈ ਕਿਹੜੀਆਂ ਗੱਲਾਂ ਕਰੀਆਂ ਨਾ ਯਾਰ ਤੂੰ, ਉਹ ਪੰਜਾਬ ਵਾਸਤੇ ਇੱਕ ਹੋਵੋ, ਉਹ ਕੋਈ ਯੂਨੀਅਨ ਜਾਨੀਅਨ ਨਹੀਂ ਹੁੰਦੀ, ਅਸੀਂ ਕਿਹੜੀ ਯੂਨੀਅਨ ਦੇ ਮੈਂਬਰ ਹਾਂ ਕਿਸੇ ਦੇ ਨਹੀਂ, ਤੜਕੇ ਦੇ ਟਰੈਕਟਰ ਕੱਢੀ ਫਿਰਦੇ ਹਾਂ, ਤੇਲ ਵੀ ਆਪ ਪਵਾਇਆ। ਉਹ ਬਾਈ ਸਾਡੀ ਯੂਨੀਅਨ ਨੂੰ ਹਲੇ ਸੱਦਾ ਨਹੀਂ ਆਇਆ ਉਧਰੋਂ, ਜਾਂ ਸੱਦਾ ਉਹ ਫੇਰ ਜਾਵਾਂਗੇ। ਉਹ ਸੱਦੇ ਨੂੰ ਕੜਾਹੀ ਚੜੀ ਵੀ ਆ ਉੱਥੇ, ਦੱਸ ਕੀ ਦਾ ਵਿਆਹ ਧਰਿਆ ਵਾ ਉੱਥੇ। ਉਹ ਬਾਈ ਸਾਡੀ ਯੂਨੀਅਨ ਦੇ ਵੀ ਕੁਛ ਅਸੂਲ ਨੇ, ਉਹ ਤਾਂ ਬਿਨਾਂ ਨੰਬਰ ਤੋਂ ਕਿਸੇ ਨੂੰ ਝੰਡਾ ਨਹੀਂ ਦਿੰਦੇ, ਵੀ ਕਿਤੇ ਕੋਈ ਝੰਡਾ ਨਾ ਲੈ ਕੇ ਵਗ ਜਾਏ, ਉਵੇਂ ਥੋੜ੍ਹੀ ਸਾਡੀ ਯੂਨੀਅਨ ਐਡੀ ਹੋਈ ਆ। ਉਹ ਬਾਈ ਉਹ ਤੁਸੀਂ ਯੂਨੀਅਨਾਂ ਬੜੀਆਂ ਕਰਦੇ ਰਹਿ ਜਾਓ, ਜਦ ਨੂੰ ਪੰਜਾਬ ਛੋਟਾ ਹੋ ਜੂਗਾ। ਨਾ ਮੋਦੀ ਤਾਂ ਪਹਿਲਾਂ ਵੰਡਣ ਨੂੰ ਫਿਰਦਾ, ਉਹ ਦੋ ਜ਼ਿਲ੍ਹੇ ਕਹਿੰਦੇ ਉੱਧਰ ਕਸ਼ਮੀਰ 'ਚ ਲਾਉਣੇ ਨੇ। ਉਹ ਨਹੀਂ ਨਹੀਂ ਬਾਈ, ਅਸੀਂ ਬਿਨਾਂ ਪ੍ਰਧਾਨ ਦੀ ਇਜਾਜ਼ਤ ਤੋਂ ਨਹੀਂ ਜਾਂਦੇ ਹੈਗੇ। ਚਲੋ ਉਹ ਤੁਸੀਂ ਪ੍ਰਧਾਨ ਨਾ ਮਗਰੇ ਰਹਿ ਜਾਓ, ਉਹ ਗੱਲ ਪੰਜਾਬ ਦੇ ਹੱਕਾਂ ਦੀ ਹੈ, ਉਹ ਫਸਲਾਂ ਦੀ ਲੜਾਈ ਨਹੀਂ, ਇਹ ਇਕੱਲੀ ਨਸਲਾਂ ਦੀ ਵੀ ਲੜਾਈ ਹੈ। ਉਹ ਤੁਸੀਂ ਚਲੋ ਸਾਡੇ ਨਾਲ, ਤੁਹਾਡੇ ਮੂਹਰੇ ਹੱਥ ਬੰਨ ਕੇ ਬੇਨਤੀ ਹੈ। ਉਹ ਕੋਈ ਨਹੀਂ ਬਾਈ, ਆਉਂਦੇ ਮੈਂ ਕਰਦਾ ਪ੍ਰਧਾਨ ਨਾਲ ਗੱਲ, ਫਿਰ ਆਉਂਦੇ ਅਸੀਂ ਵੀ। ਚਲੋ ਤੁਸੀਂ, ਇਹ ਨਹੀਂ ਜਾਂਦਾ ਹੈਗਾ, ਚੱਲ ਆਪਾਂ ਚੱਲੀਏ। ਕਿਹੋ ਜਿਹੇ ਲੋਕ ਨੇ ਹਲੇ ਯਾਰ, ਕਿਸਾਨੀ ਵਾਲੇ ਮਸਲੇ ਤਾਂ ਸਾਰੇ ਹੱਲ ਹੋ ਗਏ, ਤੇ ਇਹ ਕਿੱਧਰ ਨੂੰ ਤੁਰ ਪਏ ਧਰਨਾ ਲਾਉਣ? ਨਾਲੇ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਸਾਡੀ ਯੂਨੀਅਨ 'ਚੋਂ ਵੀ ਧਰਨਾ ਲੱਗਣਾ। ਉਹ ਨਾ ਨਾ, ਆਪਾਂ ਆਪਣੀ ਯੂਨੀਅਨ ਤੋਂ ਬਿਨਾਂ ਥੋੜ੍ਹੀ ਤੁਰਦੇ ਹਾਂ। ਲੈ ਜੇ ਮੈਂ ਇਹਨਾਂ ਨਾਲ ਜਾ ਕੇ ਉੱਥੇ ਮਰ ਗਿਆ, ਨਾ ਤਾਂ ਸਾਡੀ ਯੂਨੀਅਨ ਨੇ ਮੇਰੇ 'ਤੇ ਝੰਡਾ ਪਾਉਣਾ, ਨਾ ਆਉਣਾ ਉਹਨਾਂ ਨੇ ਮੇਰੇ ਭੋਗ 'ਤੇ। 10 ਸਾਲ ਹੋ ਗਏ ਮੈਨੂੰ ਪਰਚੀ ਕਟਾਉਂਦੇ ਨੂੰ, ਆਪਾਂ ਨਹੀਂ ਇਹਨਾਂ ਨਾਲ ਜਾਂਦੇ ਹੈਗੇ, ਪਤਾ ਯੂਨੀਅਨ ਨਾਲੇ ਜਾਵਾਂਗੇ। ਨਾਲੇ ਫਿਰ ਅਸੀਂ ਤਾਂ ਰੇਲਾਂ ਰੋਕਾਂਗੇ, ਆਪਾਂ ਇਹਨਾਂ ਵਾਲੇ ਥੋੜ੍ਹੀ ਬਾਰਡਰਾਂ ਬੁਡਰਾਂ ਜਾਵਾਂਗੇ, ਅਸੀਂ ਤਾਂ ਰੇਲਾਂ ਰੋਕਾਂਗੇ, ਫਿਰ ਬੜਾ ਹੀ ਕੰਮ ਕਰਕੇ ਦਿਖਾਵਾਂਗੇ। ਸਾਡੀ ਯੂਨੀਅਨ ਤਾਂ ਫਿਰ ਬੜਾ ਹੀ ਕੰਮ ਕਰੂ ਜਦ ਕਰੂ। ਉਹ ਇੱਥੇ ਕਿਹਨੇ ਤੁਰਨਾ ਯਾਰ, ਇਹ ਤਾਂ ਜਦ ਪਹੁੰਚਣਗੇ, ਜਦ ਆਪਾਂ ਦਿੱਲੀ ਪਹੁੰਚ ਗਏ। ਉਹ ਹਾਂ ਬਾਈ, ਇਹ ਜਾ ਕੇ ਫੇਰ ਚੌੜੇ ਹੋਣਗੇ ਇੱਥੇ, ਵੀ ਅਸੀਂ ਬੈਠੇ ਹਾਂ ਦਿੱਲੀ, ਜਦ ਨੂੰ ਸਾਰੇ ਲੋਕਾਂ ਨੇ ਪਹੁੰਚ ਜਾਣਾ ਉੱਥੇ, ਕੁੱਟਾਂ ਮਲੋਕ ਖਾ ਲੈਣਗੇ, ਫਿਰ ਇਹ ਆਪਦੇ ਝੰਡੇ ਕੱਢਣਗੇ। ਇਹ ਤਾਂ ਵਾਹ, ਉੱਥੇ ਜਾ ਕੇ ਸੈਲਫੀਆਂ ਖਿੱਚਣ ਜੋਗੇ ਨੇ, ਵੀ ਹਾਂ ਅਸੀਂ ਪਹੁੰਚ ਗਏ ਦਿੱਲੀ, ਦੇਖ ਲਾ ਇੱਕ ਦੇ ਜ਼ੋਰ ਤੇ। ਉਹ ਆਹ ਬਾਈ ਨੂੰ ਪੁੱਛਦੇ ਆ, ਇਹ ਜਾਊ ਆਪਣੇ ਨਾਲ? ਰੋਕ ਰੋਕ ਮਾੜਾ ਜਾ ਇੱਥੇ, ਇਹ ਬੰਦਾ ਘੈਂਟ ਆ ਬਾਈ, ਇਹ ਜਾਊਗਾ ਆਪਣੇ ਨਾਲ? ਹਾਂ ਪੁੱਛ ਇਹਨੂੰ ਕਰਾਂ। ਉਹ ਬਾਈ ਛੇਤੀ ਆ ਜਾ, ਛੇਤੀ ਕੰਮ ਹੈ ਯਾਰ, ਛੇਤੀ ਆ। ਉਹ ਨਿਬੜ ਗਿਆ ਕੰਮ ਤੇਰਾ? ਉਹ ਬਾਈ ਕਾਹਨੂੰ ਯਾਰ, ਦੋ ਕਿਆਰੇ ਰਹਿ ਗਏ ਕਣਕ ਦੇ। ਚੱਲ ਫੇਰ ਭਰ ਲਈ, ਨਹੀਂ ਕਿਸੇ ਨੂੰ ਕਹਿ ਦੀ ਉਹ ਭਰ ਦੂਗਾ ਅਗਲਾ। ਆਪਾਂ ਚੱਲਦੇ ਹਾਂ ਤਰਨੇ ਤੇ, ਤੂੰ ਬੈਠ ਟਰੈਕਟਰ ਤੇ ਆ ਜਾ। ਉਹ ਤਰਨੇ ਤੇ ਬਾਈ ਕੀ ਕਰਾਂਗੇ ਯਾਰ, ਮੇਰੀ ਕਣਕਾਂ ਦੇ ਵਿਚਾਲੇ ਪਈ ਆ। ਉਹ ਲੈ ਬਾਈ, ਉਹ ਕੀ ਕਰਾਂਗੇ, ਕਹਿੰਦੇ ਉਹ ਕਣਕ ਪਾਲ ਕੇ ਕਰੇਗਾ ਕੀ, ਜੇ ਵਿਕੀ ਉਹ ਨਾ ਫਿਰ ਘਰੇ ਰੱਖਣੀ ਢੋਲ ਭਰ ਕੇ।
ਬਾਈ ਆ ਵੀ ਗੱਲ ਤੁਹਾਡੀ ਸਹੀ ਆ। ਉਹ ਹੋਰ ਸਾਰਾ ਠੇਕਾ ਤੂੰ ਦੇਈ ਬੈਠਾ, ਠੇਕੇ ਤੇ ਜ਼ਮੀਨ ਵਾਹੁਣਾ, ਉਹ ਫੇਰ ਕੀ ਕਰੇਗਾ ਜੇ ਕਣਕ ਨਾ ਵਿਕੀ, ਕਰਜ਼ੇ ਹੇਠ ਆ ਜਾਏਗਾ। ਬਾਈ ਚਲੋ ਫਿਰ ਮੈਂ ਪੈਰ ਜੇ ਧੋਲਾ ਯਾਰ, ਚੱਲਦੇ ਆ। ਹਾਂ ਆ ਦੇਖ ਲੈ ਬਾਈ, ਕਿਉਂ ਇਹ ਤਾਂ ਵਧੀਆ ਬੰਦਾ ਇਹ। ਇੱਕ ਮਿੰਟ 'ਚ ਸਮਝ ਗਿਆ ਇਹ ਗੱਲ ਹੁੰਦੀ ਆ ਸਮਝ ਦੀ, ਇਹ ਬੰਦੇ ਨੂੰ ਪਤਾ ਵੀ ਜੇ ਆਪਾਂ ਨਾ ਗਏ ਨੁਕਸਾਨ ਆਪਣਾ ਵੀ ਹੋਊਗਾ। ਉਹ ਚੱਲ ਇਹ ਜੇ ਆਪਣੇ ਨਾਲ ਤੁਰਨ ਨਾ ਜੇ, ਫਿਰ ਆਪਾਂ ਕਿੱਥੇ ਮਾਰ ਖਾਂਦੇ ਹਾਂ। ਉਹ ਸਹੀ ਗੱਲ ਆ ਬਾਈ, ਜੇ ਹੁਣ ਉੱਥੇ 100 ਬੰਦਾ ਖੜਾ, ਜੇ 100 ਦੇ ਥਾਂ 1000 ਹੋਵੇ, ਫਿਰ ਤਾਂ ਆਪਾਂ ਐਂ ਦਿੱਲੀ ਲੰਘ ਜਾਈਏ। ਉਹ ਫਿਰ ਤਾਂ ਕੋਈ ਚੱਕਰੇ ਨਹੀਂ। ਚਲੋ ਬਾਈ ਚਲੋ ਚੱਲੀਏ, ਚੱਲ ਆ ਜਾ ਆ ਜਾ ਬਹਿ ਜਾ ਬਹਿ ਜਾ ਬਾਈ ਬਣ ਕੇ, ਚਲੋ ਚਲੋ ਚੱਲ ਬਾਈ। ਇਹ ਲੜਾਈ ਇਕੱਲੇ ਜ਼ਿਮੀਂਦਾਰਾਂ ਦੀ ਨਹੀਂ ਹੈਗੀ, ਸਾਰੇ ਵਰਗਾਂ ਦੀ ਹੈ। ਗੱਲ ਸਹੀ ਹੈ ਤੇਰੀ। ਹੁਣ ਦੇਖ ਲੈ, ਜੇ ਆਪਣੇ ਖੇਤ ਦੀ ਫਸਲ ਨਹੀਂ ਵਿਕੂ, ਆਪਾਂ ਮਜ਼ਦੂਰਾਂ ਨੂੰ ਕੰਮ ਕਿੱਥੋਂ ਦੇਵਾਂਗੇ? ਉਹ ਸਾਰਾ ਸਰਕਲ ਹੀ ਟੁੱਟ ਜਾਂਦਾ। ਹਾਂ ਬਾਈ, ਸਾਰੇ ਪੈਟਰੋਲ ਪੰਪ ਸਾਰੀਆਂ ਚੀਜ਼ਾਂ ਰੁਕ ਜਾਣਗੀਆਂ। ਉਹ ਸਹੀ ਗੱਲ ਆ ਬਾਈ, ਕਿੰਨੀ ਡੀਜ਼ਲ ਦੀ ਖਪਤ ਹੁੰਦੀ ਆ, ਸਰਕਾਰ ਨੂੰ ਵੀ ਘਾਟੇ ਪੈਣਗੇ, ਡੀਜ਼ਲ ਵੇਚਣੋਂ ਬੰਦ ਹੋ ਜਾਊਗਾ। ਉਹ ਸਾਰਾ ਸਰਕਲ ਹੀ ਖੇਤੀ ਨਾਲ ਆ। ਹਾਂ ਬਾਈ, ਆ ਹੁਣ ਦੁਕਾਨਾਂ ਵਾਲੇ ਲਾੜੇ ਦੇਖ ਲੈ, ਜੇ ਆਪਣੇ ਝਾੜ ਘੱਟ ਆਵੇ, ਜਦੇ ਰੋਣ ਲੱਗ ਜਾਂਦੇ ਨੇ ਵੀ ਜੱਟਾਂ ਦੇ ਝਾੜ ਨਹੀਂ ਆਇਆ, ਐਤਕੀ ਸਮਾਨ ਨਹੀਂ ਵਿਕਿਆ, ਕੱਪੜੇ। ਦੀਵਾਲੀ ਨੂੰ ਦੇਖ ਲੈ ਪਿਛਲੀ ਵਾਰੀ ਕੀ ਹੋਇਆ ਜੀ। ਹਾਂ ਬਾਈ, ਦੀਵਾਲੀ ਨੂੰ ਪਿੰਡ ਦੇ ਬਾਣੀਏ। ਦੀਵਾਲੀ ਬਾਈ ਜਮਾਂ ਮੰਦੀ ਪੈ ਗਈ ਤੀ, ਇੱਕ ਸਾਲੇ ਜੀਰੀ ਘੱਟ ਨਿਕਲੀ ਤੀ, ਹੁਣ ਤਾਂ ਜੇ ਹੈ ਆਪਣਾ ਕੰਮ ਕਾਜ ਠੱਪ ਹੋ ਗਿਆ, ਸਾਰੇ ਲੋਕ ਰੁਲਣਗੇ, ਇਹਨਾਂ ਨੂੰ ਸਮਝਣਾ ਚਾਹੀਦਾ ਬਾਈ। ਉਹ ਇਹਦਾ ਬਾਅਦ ਚ ਹੀ ਸੋਚਣਗੇ, ਜਦ ਆਪਣੇ ਤੇ ਪੈਂਦੀ ਹੈ ਨਾ, ਫੇਰ ਪਤਾ ਲੱਗਦਾ ਅਗਲੇ ਨੂੰ। ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨਾ ਚਾਹੀਦਾ ਬਾਈ, ਆਪਣਾ ਏਰੀਆ ਖਾਸ ਕਰਕੇ ਪਛੜਿਆ ਵਾ ਯਾਰ, ਜਮਾਂ ਹੀ ਨਹੀਂ ਜਾਂਦੇ ਲੋਕ। ਕੋਈ ਆਪਣੇ ਆਪ ਜਲ ਪਹੁੰਚਣਗੇ, ਆ ਦਿੱਲੀ ਪਹੁੰਚਾਂਗੇ। ਹਾਂ ਹਾਂ ਸਹੀ ਗੱਲ ਹੈ ਤੇਰੀ। ਉਹ ਕੀ ਦੇਖੀ ਨਾ? ਓਏ ਆ ਦੇਖ, ਆਪਣੇ ਪਿੰਡ ਵਾਲਾ ਧਰਨੇ ਤੇ ਕਿਵੇਂ ਕਿੱਲਣ ਲੱਗਿਆ ਪਿਆ। ਓਏ ਤੈਨੂੰ ਕੱਲਦਾ ਹੀ ਦੀਂਦਾ, ਹੁਣ ਘਰੇ ਪਿਆ ਕਿੱਲਦਾ, ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਿਆ? ਨਾ, ਉਹ ਇਹਨਾਂ ਦੀ ਤਾਂ ਚੰਗੀ ਸਰਵਿਸ ਹੋਈ ਆ ਜਿਹੜੇ ਕੱਲ੍ਹ ਧਰਨੇ ਤੇ ਗਏ ਤੇ। ਕਿਵੇਂ? ਉਹ ਰਾਤ ਐਂਬੂਲੈਂਸ ਛੱਡ ਕੇ ਗਈ ਇਹਨਾਂ ਨੂੰ, ਮੈਨੂੰ ਤਾਂ ਪਹਿਲਾਂ ਆਈ ਸੀ ਵੀ ਪੁਲਿਸ ਆ ਗਈ, ਜਦ ਮੈਂ ਉਹਲੇ ਖੜ ਕੇ ਦੇਖਿਆ ਇਹਨਾਂ ਤੋਂ ਤਾਂ ਆਪ ਉਤਰਿਆ ਵੀ ਨਹੀਂ ਗਿਆ ਐਂਬੂਲੈਂਸ ਚੋਂ, ਇਹਨਾਂ ਦਾ ਟੱਬਰ ਰਿੰਗਦਾ ਫਿਰੇ ਬਾਈ। ਇਹਨਾਂ ਦੇ ਅੱਥਰੂ ਕਹੇ ਦੇ ਗੋਲੇ, ਉਹ ਜਿਹੜੀਆਂ ਦੂਜੀਆਂ ਗੋਲੀਆਂ ਹੁੰਦੇ ਨੇ ਉਹ ਚੱਲ ਗਈਆਂ ਬਾਈ, ਇਹਨੇ ਤਾਂ ਪੂਰੀ ਸਰਵਿਸ ਹੋਈ ਆ ਉੱਥੇ। ਹਾਂ ਸੱਚੀ ਹੋ, ਇਹਨੇ ਤਾਂ ਐਨਕਾਂ ਉਨਕਾਂ ਵੀ ਉੱਥੇ ਰਹਿ ਗਈਆਂ, ਵਧੀਆ ਆਪਾਂ ਗਏ ਨੀ ਯਾਰ। ਉਹ ਸਾਲਾ ਜਾ ਕੇ ਨਾ, ਹੋਰ ਸਾਲਾ ਚੱਲ ਸਵਾਦ ਲਿਆਉਂਦੇ ਆ, ਪਤਾ ਤਾਂ ਲੈ ਕੇ ਆਉਣਾ ਬਣਦਾ। ਆ ਚੱਲੀਏ ਆ ਚੱਲੀਏ, ਕਿੱਥੇ ਨੇ ਹੁਣ? ਘਰੇ ਨੇ? ਘਰੇ ਨੇ ਆ ਜਾ, ਠੀਕ ਆ, ਮੈਂ ਤੈਨੂੰ ਤਾਂ ਹੀ ਤਾਂ ਦੱਸਣਾ ਆਇਆ ਤੇ। ਆ ਜਾ ਚੱਲ ਆ ਜਾ। ਘੱਟ ਮੂਹਰਲੇ ਪਾਸੇ ਫੌਜ ਨੇ ਕਰਤਾ ਹਮਲਾ, ਬਾਈ ਦੇ ਗੋਲਾ ਲੱਗਿਆ। ਉਹ ਬਾਈ ਜਦ ਤੁਹਾਨੂੰ ਕਿਹਾ ਸੀ ਵੀ ਨਾ ਜਾਓ, ਦੋ ਤਾਂ ਤੁਸੀਂ ਡੋਡਰੂ ਤੇ। ਮੈਂ ਤਾਂ ਆਪ ਕਿਹਾ ਸੀ ਇਹਨਾਂ ਨੂੰ ਵੀ ਉਈ ਚੱਕ ਕੇ ਮੂੰਹ ਫਿਰੀ ਜਾਂਦੇ ਹੋ, ਆ ਗਏ ਖਾ ਕੇ ਸੱਟਾਂ। ਮੈਂ ਕਿਹਾ ਸੀ ਵੀ ਜਾਂ ਜੂਨੀਅਰ ਦਾ ਸੰਦੇਸ਼ ਆਊਗਾ ਆਪਾਂ ਨੂੰ, ਜਾਂ ਚੱਲਾਂਗੇ। ਇਹ ਕਹਿੰਦੇ ਨਹੀਂ ਜੀ, ਉਹ ਜੂਨੀਅਰ ਵਾਲੇ ਵੀ ਵੇਲੇ ਹੀ ਨੇ ਓਏ ਸਾਰੇ। ਆ ਦੇਖ ਲੈ ਹੁਣ ਆ ਪਿਆ। ਉਹ ਜਾ ਪੁੱਤ, ਤੂੰ ਉੱਧਰ ਜਾ, ਆ ਜਾ ਉੱਧਰ। ਆ ਬਚ ਗਿਆ, ਹਲੇ ਇੰਜਣ ਇਹਦਾ ਨਹੀਂ ਹੋ ਗਿਆ। ਉਹ ਤੇਰੇ ਤਾਂ ਹੀ ਲੱਗੀ ਕਿਤੇ। ਉਹ ਮੇਰੇ ਵੀ ਲੱਗੀ ਯਾਰ, ਟੂਹੀ ਚੋਰੇ ਡਾਂਗ ਲੱਗੀ ਬਹੁਤ ਜ਼ੋਰ ਦੀ ਬਾਈ, ਮੂਹਰੇ ਜਾ ਕੇ ਪੰਗੇ ਲੈ ਰਹੇ ਜੀ ਮੈਂ ਸੁਣਿਆ। ਕੋਈ ਨਾ ਬਾਈ, ਮੂਹਰੇ ਵੀ ਉਹੀ ਜਾਂਦੇ ਨੇ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਜਿਗਰੇ ਵਾਲੇ ਬੰਦੇ ਹੀ ਜਾਂਦੇ ਹੁੰਦੇ ਨੇ।
ਤੁਹਾਡੇ ਤਾਂ ਨਹੀਂ ਆਣ ਖਾਏਗੀ। ਉਹ ਫਾਟਣੇ ਵਾਲੀ ਗੱਲ ਨਹੀਂ ਹੈਗੀ ਬਾਈ, ਮੈਂ ਤੁਹਾਡੇ ਮੂੰਹ ਦੇਖਦੇ ਤੁਸੀਂ ਆਏ ਹੋ ਚਿੜਾ ਬਣਾਉਣ ਵੀ ਸਾਲਿਆਂ ਦੇ ਸੱਟਾਂ ਲੱਗੀਆਂ ਵੀ ਹੁਣ ਜਾ ਕੇ ਦੇਖੀਏ ਕੀ ਕਰਦੇ ਨੇ। ਉਹ ਨਾ ਨਾ ਬਾਈ, ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਉਹ ਖੜ ਜਾਓ ਪਹਿਲਾਂ, ਤੁਹਾਡੇ ਵਾਸਤੇ ਚਾਹ ਮੰਗਾਉਣਾ ਮੈਂ। ਉਹ ਵੀਰ ਲੈ ਆ ਚਾਹ, ਆ ਜਾ ਕੇ ਨਾ, ਆ ਜਾ, ਆ ਕੱਪ ਦੋ ਵੱਧ ਧਰ ਲਈ। ਨਾ ਮੈਨੂੰ ਐਂ ਦੱਸ, ਮੂਹਰੇ ਜਾ ਕੇ ਡਾਂਗਾ ਖਾਣੀਆਂ, ਇਹ ਕਾਹਦੀ ਅਣਖਾਸ, ਕੋਈ ਸਮਝਦਾਰੀ ਦੀ ਗੱਲ ਇਹ? ਉਹ ਪਹਿਲਾਂ ਤੁਸੀਂ ਚਾਹ ਚੱਕੋ ਫੇਰ ਗੱਲ ਕਰਿਓ, ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਕੀ ਹੋਈ ਹੈ। ਉੱਥੇ ਬੰਦਿਆਂ ਦੀ ਗਿਣਤੀ ਘੱਟਦੀ, ਮੂਹਰੋਂ ਫੌਜ ਨੇ ਹਮਲਾ ਕਰਤਾ, ਉਹ ਬਾਈ ਦੇ ਲੱਗਿਆ ਕੇ ਗੋਲਾ, ਮੇਰੇ ਉਰੇ ਇੱਕ ਨੇ ਮਾਰੀ ਡਾਂਗ। ਚੱਲ ਕੋਈ ਨਾ, ਇਹ ਤਾਂ ਹੁਣ ਬਣਦੀਆਂ ਆਈਆਂ ਨੇ, ਉਹ ਪਹਿਲਾਂ ਕਿਹੜਾ ਆਪਣੇ ਪੁਰਖਿਆਂ ਤੇ ਹਮਲੇ ਨਹੀਂ ਕਰੇ ਗੰਦੀਆਂ ਸਰਕਾਰਾਂ ਨੇ। ਉਹ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਦਿਓ, ਸਾਰੇ ਇੱਕਜੁੱਟ ਹੋ ਜਾਓ ਜੇ ਪੰਜਾਬ ਵਿੱਚ ਆਉਣਾ, ਨਹੀਂ ਪੰਜਾਬ ਤੇ ਅੱਖ ਹੈ। ਉਹ ਵੋਟਾਂ ਵੇਲੇ ਉੱਧਰਲਿਆਂ ਨੇ ਮੋਦੀ ਨੂੰ ਕਿਹਾ ਸੀ, ਐਮ ਪੀ ਬਿਹਾਰ ਵਾਲਿਆਂ ਨੇ, ਕਹਿੰਦੇ ਸਾਡਾ ਰਾਜ ਪੰਜਾਬ ਵਰਗਾ ਬਣਾ ਦੇ। ਮੋਦੀ ਕਹਿੰਦਾ ਤੁਹਾਡਾ ਰਾਜ ਨਹੀਂ ਮੈਂ ਪੰਜਾਬ ਵਰਗਾ ਬਣਾ ਸਕਦਾ, ਕਹਿੰਦਾ ਪਰ ਪੰਜਾਬ ਨੂੰ ਤੁਹਾਡੇ ਵਰਗੇ ਜ਼ਰੂਰ ਬਣਾ ਦੂੰ। ਓਏ ਮੋਦੀ ਉਹ ਗੱਲਾਂ 'ਤੇ ਤੁਲਿਆ ਵਾ ਬਾਈ, ਉਹ ਤੋਂ ਆਪਾਂ ਰਾਜ ਕਰਦੇ ਦੇਖੇ ਨਹੀਂ ਜਾਂਦੇ। ਪੰਜਾਬ ਨੂੰ ਹੋਇਆ ਕੀ ਹੈ? ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ। ਚੰਗਾ ਭਲਾ ਹੈਗਾ ਮੇਰੇ ਯਾਰ, ਚੰਗਾ ਭਲਾ ਉੱਪਰੋਂ ਉੱਪਰੋਂ ਹੀ ਹੈ। ਮੋਦੀ ਹੋਣੀ ਇਹਨੂੰ ਐਂ ਚਿੰਬੜੇ ਵੇ ਨੇ ਸਿਉਂਕ ਵਾਂਗ, ਅੰਦਰੋਂ ਖੋਖਲਾ ਕਰਨ ਨੂੰ ਫਿਰਦੇ ਨੇ। ਕੇਰਾਂ ਤੁਹਾਡੇ ਹੱਥਾਂ 'ਚੋਂ ਸਾਰਾ ਕੁਛ ਖੋਹ ਲਿਆ, ਫਿਰ ਤੁਸੀਂ ਦੇਖੋਗੇ ਤੁਹਾਡਾ ਬਣੂਗਾ ਕੀ। ਉੱਥੇ ਕਰੀ ਜਾਂਦੇ ਨੇ ਗੁਲਾਮ, ਆਪਾਂ ਆਪਣੇ ਨਾਲ ਧੱਕਾ ਕਰਦੇ ਨੇ। ਕੀ ਧੱਕਾ ਕਰਦੇ ਨੇ? ਕਿਹੜੀ ਆਪਣੇ ਗਲ 'ਚ ਸੰਗਲੀ ਪਾਈ ਫਿਰਦੇ ਨੇ ਉਹ? ਓਏ ਆਹ ਧੱਕਾ ਨਹੀਂ, ਓਏ ਪ੍ਰਦਰਸ਼ਨ ਕਰਨਾ, ਧਰਨੇ ਲਾਉਣੇ, ਆਪਣੀਆਂ ਮੰਗਾਂ ਧਰਨੀਆਂ, ਇਹ ਆਪਣਾ ਹੱਕ ਹੈ। ਆਹ ਹੁਣ ਧੱਕਾ ਹੀ ਆ, ਦੇਖ ਦੇਖ ਲੈ ਗਲ ਪਾੜਿਆ ਪਿਆ। ਬਾਈ ਜੇ ਕਿਸੇ ਦੇ ਘਰੇ ਆ ਕੇ ਆਪਾਂ ਗਾਲਾਂ ਕੱਢਾਂਗੇ, ਅਗਲਾ ਬਖਸ਼ੂ। ਉਹ ਗਾਲਾਂ ਕਿਹਨੇ ਕੱਢੀਆਂ ਨੇ? ਤੂੰ ਤਾਂ ਉੱਥੀ ਗਰਾਰੀ ਫਸਾਈ ਬੈਠਾ। ਉਹ ਸ਼ਾਂਤਮਈ ਧਰਨਾ ਹੁਣ ਕਿਸਾਨਾਂ ਦੀ ਆਹੀ ਅਪੀਲ ਆ ਵੀ ਸਾਨੂੰ ਦਿੱਲੀ ਵਗ ਜਾਣ ਦਿਓ, ਉੱਥੇ ਬਹਿ ਕੇ ਸ਼ਾਂਤਮਈ ਧਰਨਾ ਹੀ ਲਾਉਣਾ। ਇਹ ਤਾਂ ਜਾਣ ਕੇ ਦੇਖ ਲੈ ਰਾਹ 'ਚ ਰੋੜੇ ਡਾਉਂਦੇ ਨੇ। ਆਪਣੀ ਡੈਮੋਕ੍ਰੇਸੀ ਕੰਟਰੀ 'ਚ ਆਪਾਂ ਨੂੰ ਗੱਲ ਰੱਖਣ ਦਾ ਪੂਰਾ ਅਧਿਕਾਰ ਆ। ਆਹ ਦੇਖ ਲੈ ਕਰਵਾਈ ਗਈ ਹੈ ਤਾਂ। ਉਹ ਭਾਈ ਤੁਸੀਂ ਤਾਂ ਪੜ੍ਹੇ ਲਿਖੇ ਹੋ, ਫਿਰ ਉਹ ਪੜ੍ਹਾਈਆਂ ਵੀ ਯਾਦ ਰੱਖੋ ਜਿਹੜੀਆਂ ਆਪਣੇ ਹੱਕ ਵਾਸਤੇ ਨੇ, ਜਿਹੜੀਆਂ ਚੰਗੀਆਂ ਗੱਲਾਂ ਵੀ ਯਾਦ ਰੱਖੋ। ਤੁਸੀਂ ਤਾਂ ਪੁੱਠੀਆਂ ਮਗਰ ਲੱਗ ਲਏ। ਇਹਨਾਂ ਨੂੰ ਹੁਣ ਸਮਝ ਨਹੀਂ ਆਉਂਦਾ, ਇਹਨਾਂ ਨੂੰ 10 ਸਾਲ ਤੱਕ ਫੇਰ ਪਤਾ ਲੱਗੂ ਵੀ ਕੀ ਬਣਦਾ ਸਾਡੇ ਨਾਲ। 10 ਸਾਲ ਤੱਕ ਕਰੇਗੀ ਇਸਤਾ ਬਈ, ਬਾਹਰ ਚੱਲੇ ਇਹਨਾਂ ਫਾਇਲ ਲੱਗੀ। ਓਹੋ ਆਹੀ ਕੰਮ ਰਹਿ ਗਿਆ ਇਹਨਾਂ ਨੂੰ। ਓਏ ਆਹੀ ਸੋਚ ਨੇ ਤਾਂ ਅਸੀਂ ਮਰਵਾਤੇ ਵੀ ਮੈਂ ਤਾਂ ਬਾਹਰ ਲੰਘ ਜੂ। ਓਏ ਤੂੰ ਬਾਹਰ ਲੰਘ ਜੇਗਾ, ਤੇਰਾ ਟੱਬਰ ਬਾਹਰ ਲੰਘ ਜੂ। ਉਹੀ ਤੁਸੀਂ ਤਾਂ 5-4 ਜਣਿਆਂ ਬਾਰੇ ਸੋਚਦੇ ਹੋ। ਓਏ ਆਪਣੇ ਗੁਰੂਆਂ ਨੇ ਸਾਰੀ ਕੌਮ ਬਾਰੇ ਸੋਚਿਆ ਸੀ, ਤਾਂ ਸ਼ਹੀਦੀਆਂ ਦਿੱਤੀਆਂ ਦੀਆਂ ਗੁਰੂਆਂ ਨੇ। ਨਹੀਂ ਉਹ ਉਹਨਾਂ ਕੋਲ ਕੀ ਨੀਤੀ, ਰਾਜ ਭਾਗ ਉਹਨਾਂ ਕੋਲ ਤੀ, ਉਹਨਾਂ ਨੂੰ ਕੀ ਲੋੜ ਤੀ ਆਪਣੇ ਪਿੱਛੇ ਰੋਲਣ ਦੀ। ਮੂਰਖੋ ਐ ਤਾਂ ਸੋਚ ਲਓ, ਗੁਰੂਆਂ ਨੇ ਪਰਿਵਾਰ ਵਾਰਤਾ ਆਪਣੇ ਤੋਂ ਦੇਖ ਲਾ ਆਪਣੇ ਪਿੱਛੇ, ਤੁਸੀਂ ਇਹ ਗੱਲਾਂ ਸੋਚ ਲਿਆ ਕਰੋ ਮੜੀ ਜੀਆਂ। ਤੁਸੀਂ ਤਾਂ ਕਹਿ ਦਿੰਦੇ ਹੋ ਮੈਂ ਬਾਹਰ ਲੰਘ ਜੂ, ਓਏ ਆਪਣੀ ਕੌਮ ਦੱਬਣ ਨੂੰ ਫਿਰਦੇ ਨੇ। ਜਿਹੜੀ ਮੇਨ ਗੱਲ ਹੈ, ਆਪਾਂ ਅੱਖ 'ਚ ਰੜਕਦੇ ਹਾਂ ਜਦ ਸਰਦਾਰ ਖੜਦਾ ਨਾ ਪੱਗ ਬੰਨ ਕੇ, 100 ਬੰਦੇ 'ਚੋਂ ਇਕੱਲਾ ਦੀਂਦਾ ਹੁੰਦਾ, ਉਹ ਮਟਾਉਣਾ ਚਾਹੁੰਦੇ ਨੇ ਵੀ ਵਿੱਚ ਰਲਾ ਦਈਏ। ਉਹ ਤੁਸੀਂ ਤਾਂ ਬਾਹਰ ਜਾ ਕੇ ਅੰਗਰੇਜ਼ੀ ਬੋਲਣ ਲੱਗ ਜਾਓਗੇ, ਤੁਹਾਡੇ ਗਾਹਾਂ ਜਵਾਕ ਜਿਹੜੇ ਜੰਮਣਗੇ ਉਹ ਅੰਗਰੇਜ਼ੀ ਚੈਂ ਚੈਂ ਕਰਨਗੇ, ਇੱਥੇ ਪੰਜਾਬੀ ਕੌਣ ਸਾਂਭੂਗਾ? ਨਾਲੇ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ, ਜਿਹੜੇ ਬੰਦੇ ਤਾਂ ਉਰੇ ਰਹਿਣਗੇ ਉਹਨਾਂ ਦੇ ਜਵਾਕਾਂ ਨੂੰ ਤਾਂ ਮਿਲਣਗੇ ਸੰਸਕਾਰ ਅਸਲੀ, ਜਿਹੜੇ ਆਪਾਂ ਨੂੰ ਆਪਣੇ ਮਾਂ ਬਾਪਾਂ ਨੇ ਦਿੱਤੇ ਨੇ। ਜਿਹੜੇ ਉੱਧਰ ਪਲਣਗੇ ਉਹ ਰੋਟੀ ਨਹੀਂ ਦਿੰਦੇ। ਉਹ ਜਿਹੜੇ ਉਰੇ ਰਹਿ ਜਾਣਗੇ ਉਹ ਵੀ ਕੀ ਕਰ ਲੈਣਗੇ, ਕਿੰਨੇ ਕੁ ਰਹਿ ਜਾਣਗੇ ਉਰੇ ਆ ਕੇ ਬਈਏ ਸਾਲੇ, ਉਹ ਰਾਜ ਕਰਨਗੇ ਆਪਣੇ 'ਤੇ।
ਲੁਧਿਆਣੇ ਚ ਦੇਖ ਲਾ ਕਿੰਨਾ ਗੰਦ ਪਾਇਆ ਇਹਨਾਂ ਨੇ ਸਾਲਿਆਂ ਨੇ। ਸਾਰੀ ਦੁਨੀਆ ਚ ਪੰਜਾਬੀਆਂ ਦੀ ਬੱਲੇ ਬੱਲੇ ਆ ਸਿੱਖ ਕੌਮ ਦੀ, ਵੀ ਇਹ ਉਹ ਯੋਧੇ ਨੇ ਜਿਹੜੇ ਕਦੇ ਪਿੱਛੇ ਨੀ ਹਟਦੇ। ਆ ਬਾਈ ਦੇਖ ਲੈ 17 ਟਾਂਕੇ ਲੱਗੇ ਨੇ ਗਰਦਨ ਤੇ, ਕੱਲ ਨੂੰ ਫੇਰ ਜਾਣਾ। ਜੇ ਜਿਗਰੇ ਚ ਅਣਖਤੀ ਨਾ ਅੰਦਰ ਅਣਖਤੀ ਤਾਂ ਮੂਹਰੇ ਗਿਆ ਮੈਂ, ਮੈਨੂੰ ਕੀ ਲੋੜ ਦੀ ਉੱਥੇ ਮੂਹਰੇ ਜਾਣ ਦੀ, ਮੈਂ ਵੀ ਪਿੱਛੇ ਖੜ ਕੇ ਤੁਹਾਡੇ ਮਾਂ ਤਾੜੀਆਂ ਮਾਰ ਕੇ ਹੱਥ ਦਾ। ਨਹੀਂ ਤਾਂ ਬਾਈ ਅੱਧੇ ਪਿੱਛੇ ਬੈਠੀ ਰਹਿੰਦੇ ਨੇ, ਲੰਗਰੇ ਪਾੜੀ ਜਾਂਦੇ ਆ। ਉਹ ਕੋਈ ਗੱਲ ਨੀ ਬਾਈ, ਦੇਖੀ ਜਾਊਗੀ ਉਰੇ ਜੋ ਕੇ ਵੀ ਕੀ ਕਰਨਾ। ਨਾਲੇ ਮੇਰੀ ਗੱਲ ਸੁਣੋ, ਜੇਕਰ ਇਹ ਮਰ ਗਏ ਫੇਰ ਕਿਹੜਾ ਤੁਹਾਨੂੰ ਰੱਖ ਲੈਣਗੇ, ਆਥਣ ਨੂੰ ਲੱਕੜਾਂ ਚ ਦੇ ਦੇਣਗੇ, ਜੇ ਉੱਥੇ ਸ਼ਹੀਦੀ ਦਊਂਗੇ 4 ਪੀੜ੍ਹੀਆਂ ਯਾਦ ਕਰਨਗੀਆਂ। ਨਾਲੇ ਬਾਈ ਇੱਕ ਗੱਲ ਸਹੀ ਆ, ਆ ਹੁਣ ਬਾਈ ਦੇ ਤਾਂ ਚਲੋ ਉੱਥੇ ਕਰਕੇ ਟਾਂਕੇ ਲੱਗੇ ਆ, ਮੇਰੀ ਭੂਆ ਦਾ ਮੁੰਡਾ ਮੋਟਰਸਾਈਕਲ ਤੇ ਆ ਰਿਹਾ ਸੀ, ਡੋਰ ਨੇ ਉਹਦੀ ਗਰਦਨ ਵੜਤੀ, ਉਹਦੇ ਵੀ ਟਾਂਕੇ ਲੱਗੇ ਆ। ਆ ਫਿਰ ਦੇਖ ਲੈ ਬਈ, ਇਹ ਤਾਂ ਬਈ ਕਰਮਾ ਚ ਆ, ਜਿਹੜੀ ਸੱਟ ਲੱਗਣੀ ਆ ਉਹ ਉਰੇ ਵੀ ਲੱਗ ਜਾਣੀ ਆ, ਉੱਥੇ ਵੀ ਲੱਗ ਜਾਣੀ ਆ, ਉੱਥੇ ਵਾਲੇ ਨੂੰ ਯੋਧਾ ਕਹਿਣਗੇ, ਉਰੇ ਵਾਲੇ ਨੂੰ ਆਮ ਕਹਿਣਗੇ। ਚਲੋ ਫਿਰ ਚੱਲੋਗੇ ਸਾਡੇ ਨਾਲ? ਹਾਂ ਬਾਈ। ਬਾਈ ਹੁਣ ਆਈ ਆ ਤੇਰੀ ਗੱਲ ਮੈਨੂੰ ਸਮਝ ਚ, ਉਹ ਮੈਂ ਤਾਂ ਨੇਰੇ ਜੇ ਫਿਰਦਾ ਸੀ, ਮੈਂ ਤਾਂ ਤੁਹਾਨੂੰ ਬਹਾਨੇ ਲਾਈ ਗਿਆ ਯਾਰ, ਕੱਲ ਵੀ ਯੂਨੀਅਨ ਦਾ ਸੰਦੇਸ਼ ਆਉਣਾ ਜੇ ਉਹ ਮੈਂ ਬਾਈ ਕੱਲ ਨੂੰ ਤੁਹਾਡੇ ਨਾਲ ਚੱਲੂਗਾ, ਮੇਰੀਆਂ ਅੱਖਾਂ ਟਰਾਲੀ ਭਰ ਕੇ ਲੈ ਕੇ ਜਾਵਾਂਗੇ ਬਾਈ ਹੁਣ। ਬਸ ਠੀਕ ਆ ਫਿਰ, ਜੇ ਐ ਇਕਜੁੱਟ ਹੋ ਕੇ ਤੁਰ ਪਏ ਪੰਜਾਬ ਦੀ ਜਿੱਤ ਪੱਕੀ ਆ। ਨਾਲੇ ਬਾਈ ਬੰਨ ਕੇ ਪੱਗਾਂ ਚੱਲਾਂਗੇ ਸਾਰੇ। ਸਹੀ ਗੱਲ ਆ ਬਾਈ, ਲੱਗੇ ਪਤਾ ਮੈਂ ਵੀ ਬਸ 5-4 ਦਿਨ ਚ ਠੀਕ ਹੋ ਜਾਣਾ, ਮੈਂ ਵੀ ਤੁਰ ਪਾਣਾ ਜਦੇ। ਕੋਈ ਨੀ ਬਾਈ, ਹੁਣ ਤੂੰ ਕਰ ਆਰਾਮ, ਅਸੀਂ ਜਾਵਾਂਗੇ, ਅਸੀਂ ਲੜਾਂਗੇ ਜਾ ਕੇ। ਬਸ ਠੀਕ ਆ ਠੀਕ ਆ, ਚੱਕ ਦੋ ਗ੍ਰਾਮ ਰੇ ਸ਼ੇਰੋ, ਇਹ ਭਾਈਆਂ ਨਾਲੇ ਆ ਸਭ ਕੁਛ। ਜੀ ਮਿੱਤਰੋ ਕਿਵੇਂ ਲੱਗੀ ਵੀਡੀਓ, ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਅਪੀਲ ਹੈ ਵੀ ਧਰਨੇ 'ਤੇ ਜ਼ਰੂਰ ਪਹੁੰਚੋ, ਆਪਣੇ ਹੱਕਾਂ ਦੀ ਮੰਗ ਰੱਖਣੀ ਆ ਬਾਈ, ਸਾਰੇ ਜਣੇ ਜ਼ਰੂਰ ਪਹੁੰਚੋ। ਧੰਨਵਾਦ ਜੀ।